ਅੱਜ 18 ਅਗਸਤ ਸਵੇਰੇ 6 ਵਜੇ ਦਾ ਸਮਾਂ ਆਪਾਂ ਹਰੀਕੇ ਹੈਡ ਤੇ ਮੌਜੂਦ ਆ। ਮੇਰੇ ਵੀਰੋ ਜਿਹੜਾ ਪਾਣੀ ਦਾ ਸਤਰ ਆ ਬਹੁਤ ਜ਼ਿਆਦਾ ਜਿਹੜਾ ਪਾਣੀ ਵੱਧ ਚੁੱਕਾ ਜੇ, ਬਹੁਤ ਜਿਹੜੇ ਬੁਰੇ ਹਾਲਾਤ ਨੇ ਇਸ ਸਮੇਂ ਹਰੀਕੇ ਹੈਡ ਤੋਂ। ਜਿਹੜਾ ਮੇਰੇ ਵੀਰ ਅਗਲੇ ਇਲਾਕੇ ਨੇ, ਜਿਹੜੇ ਮੇਰੇ ਵੀਰ ਅਜੇ ਵੀ ਪਾਣੀ ਦੇ ਵਿੱਚ ਫਸੇ ਹੋਏ ਨੇ, ਉਹ ਕਿਰਪਾ ਕਰਕੇ ਵੀਡੀਓ ਦੇ ਵਿੱਚ ਕਮੈਂਟ ਕਰੋ ਤਾਂ ਜੋ ਉਹਨਾਂ ਨੂੰ ਕੱਢਿਆ ਜਾ ਸਕੇ, ਕਿਉਂਕਿ ਹਰੀਕੇ ਹੈਡ ਤੋਂ ਲਗਭਗ ਅਜੇ 2-3 ਦਿਨ ਜਿਹੜਾ ਪਾਣੀ ਉਹ ਫੁੱਲ ਹੀ ਛੱਡਿਆ ਜਾਣਾ। ਅਤੇ ਜਿਹੜੇ ਮੇਰੇ ਵੀਰ ਆਪਣੇ ਅਗਲਾ ਇਲਾਕਾ ਬੰਡਾਲਾ ਨਿਹਾਲਾ ਨਵੇਰਾ ਜਿਹੜਾ ਆਪਣਾ ਫੱਤੇ ਵਾਲਾ ਕੁੱਤਬਦੀਨ, ਉਹ ਜਿਹੜੇ ਸਾਡੇ ਇਲਾਕੇ ਨੇ ਲਗਭਗ 30 ਪਿੰਡ ਨੇ ਜਿਹੜੇ ਲਗਭਗ ਉਹ ਸਾਰੇ ਜਿਹੜੇ ਬਰਬਾਦ ਹੋ ਚੁੱਕੇ ਨੇ। ਸੋ ਅੱਗੇ ਜਿਹੜਾ ਪਾਣੀ ਆ ਫਿਰੋਜ਼ਪੁਰ ਏਰੀਏ ਤੋਂ ਅੱਗੇ ਫਾਜ਼ਿਲਕਾ ਪਾਸੇ ਨੂੰ ਜਾ ਰਿਹਾ। ਜਿਹੜੇ ਮੇਰੇ ਵੀਰ ਕਹਿੰਦੇ ਕਿ ਸਾਡੇ ਤੱਕ ਪਾਣੀ ਨਹੀਂ ਪਹੁੰਚਿਆ, ਵੀਰ ਜੀ 3 ਦਿਨ ਹੋ ਗਏ ਪਾਣੀ ਛੱਡੇ ਨੂੰ, ਇਲਾਕੇ ਦੇ ਹਿਸਾਬ ਨਾਲ ਜਿਹੜਾ ਪਾਣੀ ਉਹ ਪਹੁੰਚ ਹੀ ਜਾਣਾ। ਫਿਲਹਾਲ ਜਿਹੜਾ ਹਰੀਕੇ ਹੈਡ ਤੋਂ ਕੱਲ੍ਹ ਲਗਭਗ 2.5 ਲੱਖ ਜਿਹੜਾ ਕਿਊਸਿਕ ਦੇ ਪਾਣੀ ਲਗਭਗ ਜਿਹੜਾ ਪਾਣੀ ਉਹ ਛੱਡਿਆ ਗਿਆ ਸੀਗਾ, ਅਤੇ ਇਸ ਸਮੇਂ ਜਿਹੜਾ ਪਾਣੀ ਆ ਉਹ ਵੀ ਫਿਲਹਾਲ ਹੋ ਸਕਦਾ ਕਿ 2.5 ਲੱਖ ਤੋਂ ਉੱਪਰ ਹੀ ਹੋਵੇ, ਕਿਉਂਕਿ ਜਿਹੜਾ ਲਗਭਗ ਜਿਹੜੇ ਇੱਥੋਂ ਦੇ ਗੇਟ ਆ 3-4 ਗੇਟ ਜਿਹੜੇ ਅੱਧੇ ਅੱਧੇ ਛੱਡੇ ਆ, ਬਾਕੀ ਜਿਹੜੇ ਸਾਰੇ ਗੇਟ ਉਹ ਫੁੱਲ ਛੱਡੇ ਹੋਏ ਆ। ਬਿਆਸ ਦਰਿਆ ਦੇ ਵਿੱਚ ਜਿਹੜਾ ਪਿੱਛੋਂ ਕੱਲ੍ਹ ਗੁਰਦਾਸਪੁਰ ਤੋਂ ਖਬਰ ਆ ਰਹੀ ਸੀ ਕਿ 80,000 ਕਿਊਸਿਕ ਜਿਹੜਾ ਪਾਣੀ ਘਟਿਆ ਹੈ। ਫਿਲਹਾਲ ਜਿਹੜਾ ਸਤਲੁਜ ਦਰਿਆ ਦੇ ਵਿੱਚ ਵੀ ਪਾਣੀ ਕਦੀ ਘੱਟ ਰਿਹਾ ਕਦੀ ਵੱਧ ਰਿਹਾ, ਕਿਉਂਕਿ ਭਾਖੜਾ ਡੈਮ ਤੋਂ ਜਿਹੜਾ ਪਾਣੀ ਆ ਉਹ ਲਗਾਤਾਰ ਨਿਰੰਤਰ ਛੱਡਿਆ ਜਾ ਰਿਹਾ ਹੈ। ਭਾਖੜਾ ਡੈਮ ਤੋਂ ਜਿਹੜਾ ਅੱਜ ਤੋਂ 3 ਦਿਨ ਪਹਿਲਾਂ ਜਿਹੜਾ ਵਾ ਉੱਥੋਂ 8 ਫੁੱਟ ਪਾਣੀ ਜਿਹੜਾ ਭਾਖੜਾ ਡੈਮ ਤੋਂ ਛੱਡਿਆ ਗਿਆ ਸੀ, ਜੋ ਕਿ ਹਰੀਕੇ ਹੈਡ 'ਤੇ ਬਿਲਕੁਲ ਇਸ ਸਮੇਂ ਬਹੁਤ ਜ਼ਿਆਦਾ ਤਾਜ਼ਾ ਜਿਹੜੇ ਹਾਲਾਤਾਂ ਦੇ ਵਿੱਚ ਪਹੁੰਚ ਚੁੱਕਾ ਹੈ। ਸੋ ਮੈਂ ਫਿਰ ਵੀਰਾਂ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਵੀਰੇ ਇਹ ਵੀਡੀਓ ਅਗਲੇ ਵੀਰਾਂ ਤੱਕ ਪਹੁੰਚਦੀ ਕਰੋ ਤਾਂ ਜੋ ਉਹਨਾਂ ਨੂੰ ਸਹੀ ਜਾਣਕਾਰੀ ਮਿਲ ਸਕੇ, ਕਿਉਂਕਿ ਜਿਹੜਾ ਪਾਣੀ ਆ ਦਿਨੋ ਦਿਨ ਜਿਹੜਾ ਵੱਧਦਾ ਜਾ ਰਿਹਾ। ਆਓ ਤੁਹਾਨੂੰ ਆਪਾਂ ਇੱਥੋਂ ਜਿਹੜੀ ਤਾਜ਼ਾ ਸਥਿਤੀ ਵਿਖਾਉਂਦੇ ਹਾਂ ਕਿ ਆਹ ਤੁਸੀਂ ਪੌਣਾ ਦਾ ਹਿਸਾਬ ਲਾ ਸਕਦੇ ਹੋ। ਕੱਲ੍ਹ ਜਿਹੜੇ ਪੌਣ ਸੀਗੇ ਲਗਭਗ 5-6 ਪੌਣ ਸੀਗੇ, ਅੱਜ ਜਿਹੜੇ ਲਗਭਗ 3 ਹੀ ਦਿਸ ਰਹੇ ਨੇ। ਅਤੇ ਆਹ ਜਿਹੜਾ ਤੁਸੀਂ ਦੇਖ ਰਹੇ ਹੋ ਗੇਟ ਦੇਖ ਲਓ ਤੁਸੀਂ, ਸਾਰੇ ਜਿਹੜੇ ਗੇਟ ਲਗਭਗ ਸਾਰੇ ਜਿਹੜੇ ਗੇਟ ਉਹ ਚੱਕੇ ਹੋਏ ਨੇ। ਸੋ ਇਸ ਪਾਸੇ ਵੀ ਤੁਸੀਂ ਪਾਣੀ ਦਾ ਪੱਧਰ ਦੇਖ ਸਕਦੇ ਹੋ ਕਿ ਜਿਹੜਾ ਪਾਣੀ ਬਹੁਤ ਜ਼ਿਆਦਾ ਤੇਜ਼ ਆ ਰਿਹਾ ਹੈ। ਜਿਹੜਾ ਪਾਣੀ ਉਹ ਤਬਾਹੀ ਦਾ ਮੰਜ਼ਰ ਮਚਾ ਰਿਹਾ। ਮੇਰੇ ਵੀਰੋ ਵੀਡੀਓ ਨੂੰ ਇਗਨੋਰ ਨਾ ਕਰਿਆ, ਉਹ ਅਗਲੇ ਵੀਰਾਂ ਤੱਕ ਪਹੁੰਚਦੀ ਕਰਿਆ ਕਰੋ। ਤੁਸੀਂ ਪਾਣੀ ਦਾ ਵਹਾਅ ਦੇਖ ਲਓ ਕਿੰਨਾ ਜ਼ਿਆਦਾ ਤੇਜ਼ ਆ ਰਿਹਾ। ਸੋ ਬੂਟੀ ਦਾ ਤੁਸੀਂ ਹਿਸਾਬ ਲਾ ਸਕਦੇ ਹੋ, ਅੱਗੇ ਸਾਡੇ ਇਲਾਕੇ ਦੇ ਵਿੱਚ ਜਿਹੜੇ ਲਗਭਗ 30 ਜਿਹੜੇ ਪਿੰਡ ਨੇ ਉਹ ਬਿਲਕੁਲ ਤਬਾਹ ਹੋ ਚੁੱਕੇ ਨੇ। ਐਵੇਂ ਤੁਸੀਂ ਗਲਤ ਅਫਵਾਹਾਂ ਨਾ ਫੈਲਾਓ। ਪਿੱਛੇ ਤੁਸੀਂ ਬੈਠੇ ਹੁੰਦੇ ਹੋ ਆਪਣੇ ਹਰੀਕੇ ਹੈਡ ਤੋਂ, ਤੁਸੀਂ ਕਮੈਂਟ ਪਾ ਦਿਓ ਕਿ ਪਾਣੀ ਦਾ ਪੱਧਰ ਘੱਟ ਗਿਆ। ਫਿਲਹਾਲ ਜਿਹੜਾ ਪਾਣੀ ਦਾ ਪੱਧਰ ਉਹ ਬਹੁਤ ਜ਼ਿਆਦਾ ਤੇਜ਼ ਚੱਲ ਰਿਹਾ ਜੇ। ਸਾਰੇ ਪਾਸੇ ਤੁਸੀਂ ਗੇਟਾਂ ਨੂੰ ਨਜ਼ਰ ਮਾਰ ਲਓ, ਤੁਸੀਂ ਆਪ ਹੀ ਕਿ ਜਿਹੜਾ ਗੇਟ ਦੇਖ ਲਓ ਕਿੰਨੇ ਕਿੰਨੇ ਜਿਹੜੇ ਜ਼ਿਆਦਾ ਚੁੱਕੇ ਹੋਏ ਆ। ਅਤੇ ਜਿਹੜੇ ਇੱਥੇ ਜਾਨਵਰ ਵਿਚਾਰੇ ਦੇਖੋ ਕਿੰਨੇ ਦੁਖੀ ਹੋ ਗਏ ਜਿਹੜੇ ਫਿਰ ਰਹੇ ਨੇ, ਅਤੇ ਉਹਨਾਂ ਨੂੰ ਵਿਚਾਰਾਂ ਉਹਨਾਂ ਦੇ ਜਾਨਵਰਾਂ ਦੇ ਜਿਹੜੇ ਉਹ ਵੀ ਘਰ ਬਰਬਾਦ ਹੋ ਚੁੱਕੇ ਨੇ। ਸੋ ਇਸ ਸਮੇਂ ਆਪਾਂ ਹਰੀਕੇ ਹੈਡ 'ਤੇ ਮੌਜੂਦ ਹਾਂ, 18 ਅਗਸਤ ਸਵੇਰੇ 6 ਵਜੇ ਦਾ ਸਮਾਂ। ਪਾਣੀ ਦਾ ਵਹਾਅ ਤੁਸੀਂ ਸਾਰੇ ਗੇਟ ਦੇਖ ਲਓ ਕਿੰਨੇ ਖੁੱਲ੍ਹੇ ਹੋਏ ਆ। ਸੋ ਮੇਰੇ ਵੀਰੋ ਇਹ ਵੀਡੀਓ ਜਿਹੜੀ ਅਗਲੇ ਮੇਰੇ ਵੀਰਾਂ ਤੱਕ ਪਹੁੰਚਦੀ ਕਰੋ, ਤੁਸੀਂ ਅਫਵਾਹਾਂ ਨਾ ਫੈਲਾਓਗੇ। ਪਾਣੀ ਦਾ ਪੱਧਰ ਜਿਹੜਾ ਘੱਟ ਚੁੱਕਾ ਹੈ, ਪਾਣੀ ਦਾ ਪੱਧਰ ਦਿਨ ਬ ਦਿਨ ਜਿਹੜਾ ਵੱਧ ਰਿਹਾ ਹੈ, ਅਤੇ ਆਪਾਂ ਤੁਹਾਨੂੰ ਮੌਕੇ ਦੇ ਮੌਕੇ ਸਹੀ ਜਾਣਕਾਰੀ ਦਿੰਦੇ ਰਹਾਂਗੇ। ਤੁਸੀਂ ਪਾਣੀ ਦਾ ਪੱਧਰ ਖੁਦ ਦੇਖ ਲਓ, ਇਹ ਪਾਣੀ ਬਹੁਤ ਜ਼ਿਆਦਾ ਤਬਾਹੀ ਲਿਆ ਸਕਦਾ 1-2 ਦਿਨ ਦੇ ਵਿੱਚ ਤਬਾਹੀ। ਫਿਲਹਾਲ ਆਪਣੇ ਇਲਾਕਿਆਂ ਦੇ ਵਿੱਚ ਤਾਂ ਬਹੁਤ ਜ਼ਿਆਦਾ ਆ ਚੁੱਕੀ ਹੈ। ਸੋ ਮੈਂ ਸਾਰੇ ਵੀਰਾਂ ਨੂੰ ਕਹਿੰਦਾ ਕਿ ਵੀਰੇ ਬੰਨਾਂ ਦੇ ਉੱਪਰ ਪਹਿਰੇ ਦਿਓ। ਮੈਂ ਰਾਤ ਖਬਰ ਸੁਣ ਰਿਹਾ ਸੀ ਕਿ ਜਿਹੜਾ ਆਪਣਾ ਵੱਡੇ ਸਭਰਾ ਦੇ ਪਾਸੇ ਜਿਹੜਾ ਵਾ ਬੰਨ ਲਗਾਤਾਰ ਜਿਹੜਾ ਲੀਕ ਹੋ ਰਿਹਾ, ਅਤੇ ਉੱਥੇ ਖਾਰ ਪਈ ਹੋਈ ਆ ਕਾਫੀ ਦਿਨਾਂ ਤੋਂ। ਜਿਹੜਾ ਹੁਣ ਮੈਂ ਸਵੇਰੇ 6 ਵਜੇ ਅਜੇ ਮੇਰੇ ਕੋਲ ਖਬਰ ਨਹੀਂ ਪਹੁੰਚੀ ਕਿ ਕੀ ਬਣਿਆ। ਅਤੇ ਜਿਹੜਾ ਅੱਗੇ ਆਪਣੇ ਪੱਟੀ ਵਾਲੇ ਜਿਹੜਾ ਰੋਡ ਆ ਹਾਰਸ ਕੇ ਪੱਟੀ ਰੋਡ, ਉਹ ਵੀ ਬਿਲਕੁਲ ਬੰਦ ਹੋ ਚੁੱਕਾ ਹੈ। ਲਗਭਗ 6-6, 7-7 ਫੁੱਟ ਜਿਹੜਾ ਪਾਣੀ ਚੜ੍ਹ ਚੁੱਕਾ ਹੈ, ਅਤੇ ਕਈ ਲੋਕਾਂ ਦੇ ਜਿਹੜਾ ਘਰਾਂ ਵਿੱਚ ਪਾਣੀ ਛੱਤਾਂ ਨਾਲ ਲੱਗ ਗਿਆ। ਮੈਂ ਸਾਰੇ ਵੀਰਾਂ ਨੂੰ ਅਪੀਲ ਕਰਦਾ ਕਿ ਵੀਰੇ ਛੱਤਾਂ ਦੇ ਨਾ ਸੋਵੋ ਰਾਤ ਨੂੰ, ਤੁਸੀਂ ਕਿਸੇ ਵੀ ਤਰੀਕੇ ਨਾਲ ਇਸ ਵੀਡੀਓ ਦੇ ਵਿੱਚ ਕਮੈਂਟ ਕਰੋ ਤਾਂ ਜੋ ਤੁਹਾਨੂੰ ਉੱਥੋਂ ਰੈਸਕਿਊ ਕੀਤਾ ਜਾ ਸਕੇ, ਤਾਂ ਜੋ ਤੁਹਾਡਾ ਅਗਨ ਬੋਟਾਂ ਜਿਹੜੀਆਂ ਪਹੁੰਚੀਆਂ ਪਹੁੰਚਾਈਆਂ ਜਾਣ, ਅਤੇ ਤੁਸੀਂ ਜਿਹੜਾ ਤੁਹਾਨੂੰ ਸੇਫਲੀ ਉੱਥੋਂ ਕੱਢਿਆ ਜਾਵੇ। ਮੇਰੇ ਵੀਰੋ ਛੱਤਾਂ ਵਾਲਾ ਕੰਮ ਹੁਣ ਪਾਰ ਹੋ ਚੁੱਕਾ ਜੇ। ਤੁਸੀਂ ਜੇ ਸੋਚਦੇ ਕਿ ਛੱਤਾਂ 'ਤੇ ਰਾਤਾਂ ਗੁਜ਼ਾਰ ਲਾਂਗੇ, ਛੱਤਾਂ ਵਾਲਾ ਕੰਮ ਬਹੁਤ ਜ਼ਿਆਦਾ ਔਖਾ ਹੋ ਚੁੱਕਿਆ ਜੀ। ਅਤੇ ਮੈਂ ਵੀਰਾਂ ਨੂੰ ਫਿਰ ਬੇਨਤੀ ਕਰਦਾ ਕਿ ਵੀਰੋ ਇਹ ਵੀਡੀਓ ਅਗਲੇ ਵੀਰਾਂ ਤੱਕ ਪਹੁੰਚਦੀ ਕਰ ਦਿਓ। ਲਗਭਗ ਜਿਹੜਾ 2.5 ਲੱਖ ਕਿਊਸਿਕ ਤੋਂ ਉੱਪਰ ਜਿਹੜਾ ਪਾਣੀ ਇਸ ਸਮੇਂ ਚੱਲ ਰਿਹਾ ਹੈ, ਅੱਗੇ ਹੁਸੈਨੀਵਾਲਾ ਤੋਂ ਵੀ ਜਿਹੜਾ ਪਾਣੀ ਕਾਫੀ ਗਾਂਹ ਜਾ ਰਿਹਾ। ਸੋ ਤੁਸੀਂ ਉਹ ਗੇਟ ਤੋਂ ਹਿਸਾਬ ਲਾ ਲਓ, ਜਿਹੜੀ ਸੜਕ ਮੇਨ ਹਾਈਵੇ ਆ
उस पुल दे नाल लगभग जिहड़ा पानी थोड़ा थले रह चुका पानी जिहड़ा उस दे नाल भी लगना शुरू हो चुका है। सो मैं वीरां नूं बेनती करदा तुसीं गेट देख लो मेरे वीरो गेट किन्ने जिहड़े दर सारे जिहड़े फुल खुले हुए देखो तुसीं इदां दा मंजर कदी तबाही दा तुसीं कदी नहीं देखिया। सो मेरे वीरो कृपा करके वीडियो शेयर कर दो जिहड़ा अपना पेज आ फॉलो करो ਅਤੇ ਆਪਣਾ ਜਿਹੜਾ ਯੂਟਿਊਬ ਚੈਨਲ ਆ ਸੁੱਖ ਲੱਟ ਆ ਉਸ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਆਪਾਂ ਤੁਹਾਨੂੰ ਸਹੀ ਜਾਣਕਾਰੀ ਦਿੰਦੇ ਰਹੀਏ ਅਤੇ ਆਪਣਾ ਯੂਟਿਊਬ ਚੈਨਲ ਡਾਕਟਰ ਲਾਟੀਆ ਉਹ ਵੀ ਤੁਸੀਂ ਸਬਸਕ੍ਰਾਈਬ ਕਰ ਲਓ। ਸੋ ਬਹੁਤ ਬਹੁਤ ਧੰਨਵਾਦ ਮੇਰੇ ਵੀਰੋ ਇਹ ਵੀਡੀਓ ਜਿਹੜੀ ਦੱਬ ਕੇ ਸ਼ੇਅਰ ਕਰ ਦਿਓ ਇਸ ਚੀਜ਼ ਨੂੰ ਇਗਨੋਰ ਨਾ ਕਰੋ ਬੜੀ ਤਬਾਹੀ ਹੋਣ ਵਾਲੀ ਅਗਲੇ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਤਬਾਹੀ ਹੋ ਰਹੀ ਜੇ। ਸੋ ਬਹੁਤ ਬਹੁਤ ਧੰਨਵਾਦ ਮੇਰੇ ਵੀਰੋ ਪੰਜਾਬੀਓ ਬਚਾਅ ਕਰੋ ਬਚਾਅ 2,61,000 ਤੋਂ ਪਾਣੀ ਜਿਹੜਾ 18 अगस्त सवेरे 6 बजे का समा छड़िया जा रहा मेरे वीरों बचा करो ये लेवल तुम देख रहे हो 1988 वाला फिलहाल इस पास जो पानी घट आ रहा है 1988 वाला जो पानी जो तुम बन्नी देख रहे हो इदो पारले पासे का पानी बहुत बुरे हालात जे उधर इदो ज़्यादा ही वगदा पिया जे ये दर बंद होने करके जोड़ा वा थोड़ा घट छे करके जो इधर पानी का वहा घट है दूसरे पासे पानी बहुत बुरा हाल है 2,61,000 सवेरे 18 अगस्त का समा है 6 बजे का मेरे वीरों बचा करो बहुत बुरा हाल जे। सो काफ़ी वीर जिहड़े पुछदे सी कि नहरां दा पानी कितना चल रहा नहरां दा पानी मिला फिलहाल वीर जी तुसीं देख सकदे हो कि 4 फुट जिहड़े दर राजस्थान जिहड़े फीडर दे चक्के हुए हन ते जिहड़ा लगातार नहरां दा पानी ओह चल रहा है 18 अगस्त सवेरे 6 बजे का समा नहरां दा पानी वीरे लगभग जिहड़ा लगातार चल रहा है 4 फुट दर जिहड़े अपने राजस्थान फीडर दे ते 4 फुट दर जिहड़े फिरोजपुर फीडर दे चक्के हुए हन जिहड़ा पानी लगातार नहरां दा चल रहा है नहरां दे पानी घट जरूर सकता है कारण की है कि जिहड़ा दरिया का पानी दूसरे पास जिहड़े गेट खोले हुए हैं उधर नूं जिहड़ा पानी का वहा हो चुका है जिस कारण जिहड़ा नहरां दे विच पानी हो सकता है थोड़ा जिहा घट अगले इलाकों दे विच पहुँचता हो। सो तुसीं देख रहे हो कि नहरां जिहड़ियां ने नहरां लगातार निरंतर चल रही ने 18 अगस्त सवेरे 6 बजे का समा। सो तुसीं देख रहे हो कि जिहड़ा पानी का वहा फिलहाल जिन्ना कु इस पासे आ रहा है 4 फुट तक जिहड़े नहरां दे गेट ने उह खोले गए ने। सो काफ़ी जिहड़े वीर पुछदे रहिंदे ने कि सो ये देख लो कि तुसीं आ जिहड़ा पानी है नहरां वाली लगभग आ रहा है ते इत्थों जिहड़ा पानी है वह सामने तुसीं लेवल तो देख सकदे हो कि हरीके हैट ते जिहड़ा पानी का लेवल किन्ना। सो बहुत जिहड़ा मेरे वीरों पानी बहुत ज़्यादा तेज आ रहा जे ये जिहड़े गेट ने ये अपने हैगे फिरोजपुर फीडर दे जो कि लगभग 4 फुट तक जिहड़े ये गेट खुले हुए हैं इस पासे जिहड़े गेट हैं वह राजस्थान फीडर दे गेट हैं जो कि लगभग फिरोजपुर नहर नालों थोड़े जे ज़्यादा खुले हुए हैं। सो जिहड़ा पानी लगातार निरंतर मेरे वीरो वाधू चल रहा है नहरां दे विच फिलहाल जिन्ना पानी वह पानी जिहड़ा नहरां दे विच भी चल रहा। सो तुसीं नहरां दा पानी देख सकते हो राजस्थान फीडर और आ जिहड़ा फिरोजपुर फीडर चल रहा इस समय आप हरीके हैड़ते मौजूद हाँ जिहड़ा पानी दरिया सतलुज दे विच काफ़ी जिहड़ा वड्डे पद्धर ते जिहड़ा पानी आ रहा। सो मैं सारे वीरां नूं यही बेनती करदा कि वीरे जिहड़ा अपना अपना बचाव करो बहुत ज़्यादा बुरा हाल जे इस वीडियो नूं शेयर करो तां जो तुहानूं सही जानकारी मिलदी रहे।